ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਮਾਤਮੀ ਬਿਗਲ ਜਿਹੜੇ ਹੈ ਉਹ 28 ਤਰੀਕ ਨੂੰ 10 ਮਿੰਟ ਵਾਸਤੇ ਜਿਹੜੇ ਮਨਾਏ ਜਾਂਦੇ ਆ। ਕੀ ਜਿਹੜਾ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਹੈ ਉਹ ਮਾਤਮ ਜਾਂ ਸੋਗ ਦੀ ਨਹੀਂ ਹੁੰਦੀ, ਜਿਹੜੀ ਵੀ ਸ਼ਹਾਦਤ ਹੈ ਉਹ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ। ਸੋ ਅਸੀਂ ਤਾਂ ਇਹ ਜਿਹੜੇ ਸ਼ਹੀਦੀ ਦਿਹਾੜੇ ਆ ਇਹ ਨਗਾਰਿਆਂ ਦੀ ਅਤੇ ਕੌਮੀ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੇ ਇਹ ਮਨਾਏ ਜਾਂਦੇ ਆ। ਪੰਥਕ ਸਰਕਾਰਾਂ ਜਦੋਂ ਜਦੋਂ ਵੀ ਰਹੀਆਂ ਉਹਨਾਂ ਨੇ ਵੱਡੇ ਇਸ ਇਹਨਾਂ ਸਮਿਆਂ 'ਤੇ ਸਮਾਗਮ ਕੀਤੇ, ਸ਼ਤਾਬਦੀਆਂ ਮਨਾਈਆਂ, ਵੱਡਾ ਯੋਗਦਾਨ ਪਾਇਆ। ਪਰ ਸਿੱਖੀ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਉਸ ਦੀ ਰੋਸ਼ਨੀ ਦੇ ਵਿੱਚ ਹੀ ਜਿਹੜਾ ਸਰਕਾਰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਨ ਮਨਾਏ ਜਾ ਰਹੇ ਆ, ਜਿਹੜਾ ਸ਼ਹੀਦੀ ਸਪਤਾਹ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮੁੱਚਾ ਪਰਿਵਾਰ ਜਬਰ ਅਤੇ ਜ਼ੁਲਮ ਦੇ ਖਿਲਾਫ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਸਮਿਆਂ ਨੂੰ ਕੌਮ ਆਪਣੇ ਰਵਾਇਤਾਂ ਦੇ ਮੁਤਾਬਕ ਮਨਾਉਂਦੀ ਆ। ਚਮਕੌਰ ਸਾਹਿਬ ਵਿਖੇ ਜਾਂ ਫਤਿਹਗੜ੍ਹ ਸਾਹਿਬ ਵਿਖੇ ਜਿਹੜੇ ਸਮਾਗਮ ਜਿਹੜੇ ਵੱਡੇ ਪੱਧਰ 'ਤੇ ਮਨਾਏ ਜਾਂਦੇ ਆ। ਅੱਜ ਪੰਜਾਬ ਦੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਮਾਤਮੀ ਬਿਗਲ ਜਿਹੜੇ ਆ ਉਹ 28 ਤਰੀਕ ਨੂੰ 10 ਮਿੰਟ ਵਾਸਤੇ ਜਿਹੜੇ ਮਨਾਏ ਜਾਣੇ ਆ। ਇਸ ਦੇ ਬਾਰੇ ਦੇ ਵਿੱਚ ਪੰਥ ਦੀਆਂ ਜਿਹੜੀਆਂ ਸ਼ਖਸੀਅਤਾਂ, ਜਿਹੜੇ ਸਿਆਣੇ ਲੋਕ, ਗਿਆਨੀ ਪੁਰਸ਼, ਉਹਨਾਂ ਨੇ ਵਿਚਾਰ ਕੀਤੀ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇੱਕ ਟਵੀਟ ਕੀਤਾ ਕਿ ਜਿਹੜਾ ਸਿੱਖਾਂ ਦੇ ਅੰਦਰ ਜਿਹੜੀ ਰਵਾਇਤ ਹੈ ਉਹ ਮਾਤਮ ਜਾਂ ਸੋਗ ਦੀ ਨਹੀਂ ਹੁੰਦੀ, ਜਿਹੜੀ ਵੀ ਸ਼ਹਾਦਤ ਹੈ ਉਹ ਆਪਣੇ ਆਪ ਦੇ ਵਿੱਚ ਚੜ੍ਹਦੀ ਕਲਾ। ਦੇਖੋ, ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਲਾਲਾਂ ਨੂੰ ਜਦੋਂ ਜੰਗ ਦੇ ਮੈਦਾਨ ਵਿੱਚ ਤੋਰਦੇ ਆ, ਜਦੋਂ ਉਹ ਸ਼ਹਾਦਤ ਦਾ ਜਾਮ ਪੀਂਦੇ ਆ ਅਤੇ ਉਹਨਾਂ ਉਹ ਜਕਾਰੇ ਛੱਡਦੇ ਆ। ਦੂਸਰਾ, ਜਦੋਂ ਛੋਟੇ ਸਾਹਿਬਜ਼ਾਦੇ ਵੱਡੀ ਗੱਲ ਕਰਦੇ ਆ, ਛੋਟੀਆਂ ਜਿੰਦਾਂ ਅਤੇ ਵੱਡੇ ਸਾਕੇ ਜਿਹੜੇ ਆਪਾਂ ਸਾਰੇ ਇਸ ਗੱਲ ਨੂੰ ਯਾਦ ਕਰਦੇ ਹਾਂ, ਜਦੋਂ ਉਹਦੀ ਖਬਰ ਨੂਰਾ ਮਾਹੀ ਉਹਨਾਂ ਨੂੰ ਲੰਮੇ ਜੜਪਰੇ ਵਿੱਚ ਦਿੰਦਾ ਅਤੇ ਗੁਰੂ ਸਾਹਿਬ ਗੁਰੂ ਦਾ ਸ਼ੁਕਰ ਕਰਦੇ ਆ ਕਿ ਮੈਂ ਆਪਣਾ ਜਿਹੜਾ ਸਰਬੰਸ ਸੀ ਉਹ ਦਾਨ ਕਰਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਮੈਂ ਆਪਣੇ ਆਪ 'ਚ ਸੁਰਖਰੂ ਹੋ ਗਿਆ। ਸੋ ਸ਼ਹਾਦਤ ਜਿਹੜੀ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਇੱਕ ਮਾਤਮ ਨਹੀਂ ਹੈਗੀ, ਉਹ ਆਪਣੇ ਆਪ ਦੇ ਵਿੱਚ ਜ਼ਬਰ ਅਤੇ ਜ਼ੁਲਮ ਦੇ ਖਿਲਾਫ ਇੱਕ ਵੱਡਾ ਨਾਰਾ। ਸੋ ਅਸੀਂ ਤਾਂ ਇਹ ਜਿਹੜੇ ਸ਼ਹੀਦੀ ਦਿਹਾੜੇ ਆ ਇਹ ਨਗਾਰਿਆਂ ਦੀ ਅਤੇ ਕੌਮੀ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜੇ ਇਹ ਮਨਾਏ ਜਾਂਦੇ ਆ। ਸੋ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਪੰਜਾਬ ਦੀ ਸਰਕਾਰ ਨੂੰ ਕਿ ਸਰਕਾਰਾਂ ਇਹਨਾਂ ਵਿੱਚ ਸ਼ਾਮਿਲ ਰਹਿੰਦੀਆਂ ਨੇ। ਪੰਥਕ ਸਰਕਾਰਾਂ ਜਦੋਂ ਜਦੋਂ ਵੀ ਰਹੀਆਂ ਉਹਨਾਂ ਨੇ ਵੱਡੇ ਇਸ ਇਹਨਾਂ ਸਮਿਆਂ 'ਤੇ ਸਮਾਗਮ ਕੀਤੇ, ਸ਼ਤਾਬਦੀਆਂ ਮਨਾਈਆਂ, ਵੱਡਾ ਯੋਗਦਾਨ ਪਾਇਆ। ਕਿਸੇ ਦੇ ਮਨ ਵਿੱਚ ਵੀ ਜਿਹੜੀ ਸ਼ਹਾਦਤ ਹੈ, ਕੁਰਬਾਨੀ ਹੈ ਗੁਰੂ ਸਾਹਿਬ ਦੇ ਪਰਿਵਾਰ ਦੀ, ਉਸ ਦੇ ਲਈ ਸ਼ਰਧਾ ਸਤਿਕਾਰ ਹੋ ਸਕਦਾ ਅਤੇ ਹੋਣਾ ਵੀ ਚਾਹੀਦਾ। ਅਤੇ ਅਸੀਂ ਜਿਹੜਾ ਫਰਮਾਨ ਜਾਰੀ ਕੀਤਾ ਸਰਕਾਰ ਨੇ, ਭਗਵੰਤ ਮਾਨ ਨੇ, ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਇਸ ਗੱਲ ਦੇ ਵਿੱਚ ਕੋਈ ਪਾਰਟੀ ਪੱਧਰ ਦੀ ਕੋਈ ਵਿਰੋਧਤਾ ਨਹੀਂ ਹੈ, ਇਹਨੂੰ ਇਹ ਨਾ ਸਮਝਿਆ ਜਾਵੇ। ਪਰ ਸਿੱਖੀ ਪਰੰਪਰਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਉਸ ਦੀ ਰੋਸ਼ਨੀ ਦੇ ਵਿੱਚ ਹੀ ਜਿਹੜਾ ਸਰਕਾਰ ਇਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਵੇ। ਸੋ ਅਸੀਂ ਇਹ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਦਿੱਤੀ ਜਿਹੜੀ ਰਾਏ ਅਤੇ ਮਸ਼ਵਰਾ
ਉਸ ਨੂੰ ਬਾਖੂਬੀ ਸਮਝਣਗੇ ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਟਿੱਪਣੀ ਨਾ ਸਮਝਦਿਆਂ ਹੋਇਆਂ ਸਿੱਖੀ ਜਿਹੜੀ ਆ ਸਿੱਖੀ ਭਾਵਨਾਵਾਂ 'ਤੇ ਅਤੇ ਸਿੱਖੀ ਮਰਯਾਦਾ ਅਤੇ ਸਿੱਖਾਂ ਦੀ ਜਿਹੜੀ ਪਰੰਪਰਾ ਵਾ ਉਸ ਦੇ 'ਤੇ ਕਿਸੇ ਤਰ੍ਹਾਂ ਦਾ ਕੋਈ ਆਂਚ ਨਹੀਂ ਆਉਣ ਦੇਣਗੇ। ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਦੇ ਬਾਰੇ 'ਚ ਤੁਰੰਤ ਜਿਹੜਾ ਫੈਸਲਾ ਲਵੇ ਅਤੇ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵੱਡੀ ਪੱਧਰ 'ਤੇ ਸ਼ਾਮਿਲ ਹੋਵੇ। ਅਸੀਂ ਇਸ ਗੱਲ ਦਾ ਸਵਾਗਤ ਕਰਾਂਗੇ।